ਇੱਕ ਵਰਡ ਜਿਹੜਾ ਤੁਹਾਡੇ ਮੂੰਹ ਤੋਂ ਬੜਾ ਚੰਗਾ ਲੱਗਦਾ ਹੈਗਾ ਉਹ ਜ਼ਰੂਰ ਬੋਲੋ। ਗਾਈਸ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਹੋ? ਮਟਰ ਵਾਲੇ ਚੌਲ ਖਾ ਲਓ ਅੱਜ। ਮਤਲਬ ਜਦੋਂ ਇੰਸਟਾਗ੍ਰਾਮ 'ਤੇ ਰੀਲ ਬਣਾਉਣੀਆਂ ਸ਼ੁਰੂ ਕੀਤੀਆਂ, ਬਸ ਉਦੋਂ ਮੈਂ ਆਪਣੇ ਬ੍ਰਦਰ ਨੂੰ ਥੋੜ੍ਹਾ ਜਿਹਾ ਮਿਸ ਕਰ ਰਹੀ ਸੀ ਕਿਉਂਕਿ ਉਹਦੀ ਡੈਥ ਨੂੰ ਹਲੇ ਸਾਲ ਹੀ ਹੋਇਆ ਸੀ, ਅਤੇ ਉਹ ਮਤਲਬ ਮੈਂ ਅਪਸੈਟ ਸੀ। ਮੈਂ ਸੋਚਿਆ ਮੈਂ ਇੰਸਟਾਗ੍ਰਾਮ ਡਿਲੀਟ ਕਰ ਦੂੰਗੀ, ਪਰ ਮੈਂ ਚੌਲ ਖਾਂਦੀ ਖਾਂਦੀ ਨੇ ਬਸ ਜਸਟ ਇਹੀ ਕਿਹਾ, ਹੈਲੋ ਗਾਈਸ ਆ ਜਾਓ ਚੌਲ ਖਾ ਲਓ ਮਟਰ ਵਾਲੇ, ਗਾਈਸ ਗਾਈਸ ਵੀਰੇ, ਮਤਲਬ ਵੀਰੇ ਨਿਕਲ ਗਿਆ ਨਾ ਉਹ ਸ਼ਬਦ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ। ਅੱਜ ਸ਼ਾਇਦ ਉਹ ਹੁੰਦਾ ਨਾ ਬੜਾ ਖੁਸ਼ ਹੋਣਾ ਸੀ ਉਹਨੇ, ਵੀ ਉਹਨੇ ਇੰਨਾ ਜ਼ਿਆਦਾ ਮੇਰੇ 'ਤੇ ਪ੍ਰਾਊਡ ਕਰਨਾ ਸੀ ਵੀ ਮੇਰੀ ਭੈਣ ਅੱਜ ਕਿੱਥੇ ਤੀਕ ਪਹੁੰਚ ਗਈ ਆ। ਉਹਨੇ ਬਹੁਤ ਖੁਸ਼ ਹੋਣਾ ਸੀਗਾ, ਪਰ ਉਹਦਾ ਸੁਪਨਾ ਪੂਰਾ ਹੋ ਗਿਆ ਜੋ ਮੇਰੇ ਭਰਾ ਨੇ ਸੋਚਿਆ ਸੀ ਵੀ ਮੈਂ ਆਪਦੀ ਭੈਣ ਦਾ ਘਰ ਖੁਦ ਬਣਾਊਂਗਾ, ਅਤੇ ਉਹ ਬਣਦਾ ਪਿਆ ਵਾ, ਵਧੀਆ ਬਣ ਗਿਆ ਮੇਰਾ ਘਰ, ਉਹਨੇ ਸੋਚਿਆ ਸੀ, ਉਹਦੇ ਸੁਪਨੇ ਸੀਗੇ। ਤੁਹਾਡੀ ਹਰ ਵੀਡੀਓ ਦੇ 'ਤੇ ਇੱਕ ਮੁੰਡਾ ਟ੍ਰੋਲ ਵੀ ਕਰਦਾ ਹੁੰਦਾ, ਕਿਸ ਤਰ੍ਹਾਂ ਲੱਗਦਾ ਤੁਹਾਨੂੰ? ਉਹ ਮੇਰੇ ਨਾਲ ਗੱਲ ਕਰਦਾ, ਮੈਨੂੰ ਬਹੁਤ ਵਧੀਆ ਲੱਗਦਾ ਵਾ, ਫਨੀ ਬੋਲਣ ਦਾ ਜਿਹੜਾ ਤਰੀਕਾ ਬੜਾ ਚੰਗਾ ਹੈਗਾ। ਜਦੋਂ ਕਹਿੰਦਾ ਭੈਣੇ ਭੁੱਖੀ ਭੈਣ, ਕਿਤੇ ਕਹਿ ਦਿੰਦਾ ਭੁੱਖੀ ਭੈਣ, ਮਤਲਬ ਉਹ ਮੈਨੂੰ ਬਹੁਤ ਵਧੀਆ ਲੱਗਦਾ, ਉਹਦੀ ਮੇਰੇ ਨਾਲ ਗੱਲ ਵੀ ਹੁੰਦੀ ਆ। ਜਦੋਂ ਉਹਦੇ 1 ਲੱਖ ਫੋਲੋਅਰ ਹੋ ਗਏ ਸੀ, ਉਹਨੇ ਮੈਨੂੰ ਥੈਂਕ ਯੂ ਵੀ ਕਿਹਾ, ਕਹਿੰਦਾ ਭੈਣੇ ਥੈਂਕ ਯੂ ਤੁਹਾਡਾ, ਤੁਹਾਡੀ ਵੀਡੀਓ ਰੋਸਟ ਕਰਨ ਕਰਕੇ ਮੇਰੇ ਇੰਨੇ। ਉਹਨੇ ਮੈਨੂੰ ਇਹ ਵੀ ਕਿਹਾ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਪੁੱਛਿਆ ਉਹਨੇ ਮੈਨੂੰ, ਮੈਂ ਕਿਹਾ ਨਹੀਂ ਵੀਰੇ ਕੋਈ ਦਿੱਕਤ ਨਹੀਂ। ਕੱਲ੍ਹ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ 'ਤੇ ਚੈਨਲ, ਮੈਂ ਹਾਂ ਅਜੇ ਅਤੇ ਮੇਰੇ ਨਾਲ ਜਿਹੜੇ ਭੈਣ ਖੜ੍ਹੇ ਨੇ ਇਹਨਾਂ ਨੂੰ ਤੁਸੀਂ ਬਖੂਬੀ ਜਾਣਦੇ ਹੋ, ਔਰ ਬਹੁਤ ਹੀ ਵਾਇਰਲ ਵੀਡੀਓ ਇਹਨਾਂ ਦੀ ਹੁੰਦੀਆਂ ਨੇ, ਔਰ ਇਹਨਾਂ ਦਾ ਨਾਂ ਹੈਗਾ ਮੀਨੂ ਜੀ। ਅਤੇ ਤੁਸੀਂ ਕਿੱਥੋਂ ਹੈਗੇ ਹੋ ਇਹ ਤੁਸੀਂ ਆਪ ਦੱਸੋ, ਅਤੇ ਸਭ ਤੋਂ ਵੱਡੀ ਗੱਲ ਹੈਗੀ ਤੁਸੀਂ ਵਾਇਰਲ ਕਿੱਦਾਂ ਹੋਏ? ਠੀਕ ਹੈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰੇ, ਮੇਰਾ ਨਾਮ ਮੀਨੂ ਅਮਨਪ੍ਰੀਤ ਕੌਰ ਹੈ, ਪੂਰਾ ਨਾਮ ਮੀਨੂ ਮੇਰਾ, ਮਤਲਬ ਸ਼ੋਰਟ ਨੇਮ ਹੈ, ਇੰਸਟਾਗ੍ਰਾਮ 'ਤੇ ਰੱਖਿਆ ਆ। ਵੈਸੇ ਮੇਰਾ ਰੀਅਲ ਨੇਮ ਮਨਪ੍ਰੀਤ ਕੌਰ ਆ, ਅਤੇ ਮੈਂ ਫਰੀਦਕੋਟ ਸ਼ਹਿਰ ਦੀ ਰਹਿਣ ਵਾਲੀ ਹਾਂ, ਉੱਥੇ ਸਾਡਾ ਪਿੰਡ ਆ ਭਾਗਥਲਾ। ਤੇ ਇੱਕ ਵਰਡ ਜਿਹੜਾ ਤੁਹਾਡੇ ਮੂੰਹ ਤੋਂ ਬੜਾ ਚੰਗਾ ਲੱਗਦਾ ਹੈਗਾ ਉਹ ਜ਼ਰੂਰ ਬੋਲੋ। ਗਾਈਸ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਹੋ? ਮਟਰ ਵਾਲੇ ਚੌਲ ਖਾ ਲਓ ਅੱਜ। ਸਰ ਤੁਸੀਂ ਪਛਾਣ ਲਿਆਉਣਾ ਗਾਈਸ ਵੀਰੇ, ਬਹੁਤ ਹੀ ਜਿਹੜਾ ਡੂੰਘਾ ਸ਼ਬਦ ਸੀਗਾ, ਤੇ ਹੁਣ ਰੱਖੜੀ ਵੀ ਆ ਰਹੀ ਹੈਗੀ ਗਾਈਸ ਵੀਰੇ ਦਾ, ਤੇ ਤੁਹਾਡੇ ਵੀਰੇ ਵੀ ਬਹੁਤ ਹੋ ਚੁੱਕੇ ਨੇ। ਅੱਜ ਤੁਸੀਂ ਲੁਧਿਆਣੇ ਆਏ ਹੈਗੇ ਹੋ, ਔਰ ਤੀਜ ਦਾ ਫੰਕਸ਼ਨ ਹੈਗਾ, ਉਹਦੇ ਵਿੱਚ ਤੁਸੀਂ ਸਪੈਸ਼ਲ ਇਨਵਾਈਟ ਹੋ, ਸਪੈਸ਼ਲ ਗੈਸਟ ਹੈਗੇ ਹੋ, ਕਿਸ ਤਰ੍ਹਾਂ ਲੱਗ ਰਿਹਾ ਹੈਗਾ? ਬਹੁਤ ਵਧੀਆ ਵੀਰੇ, ਮੈਂ ਮਤਲਬ ਸੋਚਿਆ ਨਹੀਂ ਸੀਗਾ ਵੀ ਇੰਨਾ, ਮਤਲਬ ਮੈਨੂੰ ਇੰਨੀ ਰਿਸਪੈਕਟ ਮਿਲੂਗੀ ਹੈ ਨਾ ਵੀ ਇੱਕ ਸੈਲੀਬ੍ਰਿਟੀ ਦੀ ਤਰ੍ਹਾਂ, ਹੈ ਨਾ। ਮੈਂ ਆਪਣੇ ਨੂੰ ਹਜੇ ਵੀ ਇੱਕ ਮਤਲਬ ਵੀ ਮੈਂ ਸੈਲੀਬ੍ਰਿਟੀ ਨਹੀਂ ਕਹਿ ਰਹੀ, ਵੀ ਕੋਈ ਇਹ ਨਾ ਸਮਝੇ ਵੀ ਆਪਣੇ ਨੂੰ ਸਟਾਰ ਸਮਝਦੀ ਆ। ਸੈਲੀਬ੍ਰਿਟੀ ਹੀ ਹੋ ਸਾਡੇ ਵਾਸਤੇ ਤਾਂ ਸੈਲੀਬ੍ਰਿਟੀ ਹੋ, ਕਿਉਂਕਿ ਜਿਹੜਾ ਪੰਜਾਬ ਤੋਂ ਕਹਿੰਦੇ ਪੰਜਾਬ 'ਚ ਟੈਲੈਂਟ ਬਹੁਤ ਹੈਗਾ, ਛੋਟੀ ਜਿਹੀ ਗੱਲ ਵੀ ਜੇ ਉਹਦੀ ਰਿਕਾਰਡ ਹੋ ਕੇ ਮਾਰਕੀਟ 'ਚ ਜਾਂ ਪਬਲਿਕ ਕੋਲ ਚਲੀ ਜਾਂਦੀ, ਪਬਲਿਕ ਨੂੰ ਪਸੰਦ ਆ ਜਾਂਦੀ, ਉਹ ਸੈਲੀਬ੍ਰਿਟੀ ਹੁੰਦਾ। ਹਾਂਜੀ, ਮੈਨੂੰ ਮਤਲਬ ਐਕਟਿੰਗ ਦਾ ਵੀ ਬਹੁਤ ਸ਼ੌਂਕ ਆ, ਹੈ ਨਾ, ਮੈਂ ਕਰਦੀ ਰਹਿੰਦੀ ਹਾਂ, ਲਿਪਸਿੰਗ ਵੀ ਕਰਦੀ ਰਹਿੰਦੀ ਹਾਂ, ਮਤਲਬ ਵੀ ਮਤਲਬ ਯੂਟਿਊਬ 'ਤੇ ਜਦੋਂ ਮਤਲਬ ਜਦੋਂ ਇੰਸਟਾਗ੍ਰਾਮ 'ਤੇ ਰੀਲ ਬਣਾਉਣੀਆਂ ਸ਼ੁਰੂ ਕੀਤੀਆਂ, ਬਸ ਉਦੋਂ ਮੈਂ ਆਪਣੇ ਬ੍ਰਦਰ ਨੂੰ ਥੋੜ੍ਹਾ ਜਿਹਾ ਮਿਸ ਕਰ ਰਹੀ ਸੀ ਕਿਉਂਕਿ ਉਹਦੀ ਡੈਥ ਨੂੰ ਹਲੇ ਸਾਲ ਹੀ ਹੋਇਆ ਸੀ, ਅਤੇ ਉਹ ਮਤਲਬ ਮੈਂ ਅਪਸੈਟ ਸੀ। ਮੈਂ ਸੋਚਿਆ ਮੈਂ ਇੰਸਟਾਗ੍ਰਾਮ ਡਿਲੀਟ ਕਰ ਦੂੰਗੀ, ਪਰ ਮੈਂ ਚੌਲ ਖਾਂਦੀ ਖਾਂਦੀ ਨੇ ਬਸ ਜਸਟ ਇਹੀ ਕਿਹਾ, ਹੈਲੋ ਗਾਈਸ ਆ ਜਾਓ ਚੌਲ ਖਾ ਲਓ ਮਟਰ ਵਾਲੇ, ਗਾਈਸ ਗਾਈਸ ਵੀਰੇ, ਮਤਲਬ ਵੀਰੇ ਨਿਕਲ ਗਿਆ ਨਾ ਉਹ ਸ਼ਬਦ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ। ਤੁਸੀਂ ਇੱਕ ਵੀਡੀਓ ਹੋਰ ਵੀ ਦੇਖੀ ਹੋਣੀ, ਤੁਹਾਡੀ ਹਰ ਵੀਡੀਓ ਦੇ 'ਤੇ ਇੱਕ ਮੁੰਡਾ ਟ੍ਰੋਲ ਵੀ ਕਰਦਾ ਹੁੰਦਾ, ਕਿਸ ਤਰ੍ਹਾਂ ਲੱਗਦਾ ਤੁਹਾਨੂੰ? ਉਹ ਮੇਰੇ ਨਾਲ ਗੱਲ ਕਰਦਾ, ਮੈਨੂੰ ਬਹੁਤ ਵਧੀਆ ਲੱਗਦਾ ਵਾ, ਫਨੀ ਬੋਲਣ ਦਾ ਜਿਹੜਾ ਤਰੀਕਾ ਬੜਾ ਚੰਗਾ ਹੈਗਾ। ਜਦੋਂ ਕਹਿੰਦਾ ਭੈਣੇ ਭੁੱਖੀ ਭੈਣ, ਕਿਤੇ ਕਹਿ ਦਿੰਦਾ ਭੁੱਖੀ ਭੈਣ, ਮਤਲਬ ਉਹ ਮੈਨੂੰ ਬਹੁਤ ਵਧੀਆ ਲੱਗਦਾ, ਉਹਦੀ ਮੇਰੇ ਨਾਲ ਗੱਲ ਵੀ ਹੁੰਦੀ ਆ। ਜਦੋਂ ਉਹਦੇ 1 ਲੱਖ ਫੋਲੋਅਰ ਹੋ ਗਏ ਸੀ, ਉਹਨੇ ਮੈਨੂੰ ਥੈਂਕ ਯੂ ਵੀ ਕਿਹਾ, ਕਹਿੰਦਾ ਭੈਣੇ ਥੈਂਕ ਯੂ ਤੁਹਾਡਾ, ਤੁਹਾਡੀ ਵੀਡੀਓ ਰੋਸਟ ਕਰਨ ਕਰਕੇ ਮੇਰੇ ਇੰਨੇ। ਉਹਨੇ ਮੈਨੂੰ ਇਹ ਵੀ ਕਿਹਾ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਪੁੱਛਿਆ ਉਹਨੇ ਮੈਨੂੰ, ਮੈਂ ਕਿਹਾ ਨਹੀਂ ਵੀਰੇ ਕੋਈ ਦਿੱਕਤ ਨਹੀਂ, ਤੁਸੀਂ ਵਧੀਆ, ਤੁਸੀਂ ਕਿਹੜਾ ਮੈਨੂੰ ਗਾਲਾਂ ਕੱਢਦੇ ਹੋ, ਹੈ ਨਾ, ਹਰੇਕ ਵੀਡੀਓ ਦੇ ਟ੍ਰੋਲ ਕਰਦਾ, ਲੇਕਿਨ ਤੁਹਾਡੇ ਵਾਲੀ ਵੀਡੀਓ ਸਭ ਤੋਂ ਜ਼ਿਆਦਾ ਚੱਲਦੀ ਹੈ। ਹਾਂਜੀ ਸਰ, ਉਹ ਮਤਲਬ ਹਿਸਾਬ ਨਾਲ ਫਨੀ ਤਰ੍ਹਾਂ ਹੋ ਜਾਂਦੀ ਆ, ਕਿਉਂਕਿ ਆਪਾਂ ਕੋਈ ਸਕ੍ਰਿਪਟ ਨਹੀਂ ਲਿਖਦੇ ਵੀਰੇ, ਜੋ ਮਨ ਚ ਹੁੰਦਾ ਆਪਾਂ ਉਹੀ ਬੋਲ ਦਿੰਦੇ ਹਾਂ। ਮੈਂ ਕੋਈ ਪਹਿਲਾਂ ਰੀ
ਦਿਲ ਦੀ ਕੋਈ ਪ੍ਰੈਕਟਿਸ ਨਹੀਂ ਕਰਦੀ, ਜੋ ਮੇਰੇ ਮਨ ਚ ਹੁੰਦਾ ਮੈਂ ਉਹੀ ਬੋਲ ਦਿੰਦੀ ਹਾਂ, ਉਹ ਮੇਰੀ ਵੀਡੀਓ ਸਾਰਿਆਂ ਨੂੰ ਵਧੀਆ ਲੱਗਦੀ ਨੇ। ਇੱਕ ਨੈਚੁਰਲ ਜਿਹੜੀ ਚੀਜ਼ ਬੋਲੀ ਗਈ, ਨੈਚੁਰਲ ਜਿਹੜੀ ਚੀਜ਼ ਹੁੰਦੀ ਕੁਝ ਹੋਰ ਹੀ ਹੁੰਦੀ ਹੈ। ਹਾਂਜੀ, ਆਪਾਂ ਕੋਈ ਮਤਲਬ ਮੈਨੂੰ ਮੇਰੇ ਹਸਬੈਂਡ ਵੀ ਇੱਦਾਂ ਹੀ, ਅਸੀਂ ਵੀਡੀਓ ਜੋ ਕਰ ਰਹੇ ਹਾਂ ਜਿਸ ਤਰ੍ਹਾਂ ਬਣਾ ਰਹੇ ਹਾਂ ਆਪਾਂ ਉਦੀ ਪੋਸਟ ਕਰਦੇ ਜੀ, ਆਪਾਂ ਇਹ ਨਹੀਂ ਦੇਖੀਦਾ ਹਾਂ ਵੀ ਇੰਨਾ ਦੇਖੀਦਾ ਵੀ ਕਿਸੇ ਨੂੰ ਕੋਈ ਗਲਤ ਗੱਲ ਨਾ ਨਿਕਲੇ, ਕਿਸੇ ਦਾ ਦਿਲ ਨਾ ਦੁਖੇ, ਕਿਸੇ ਨੂੰ ਕੋਈ ਗਾਲ ਨਾ ਕੱਢੀਏ, ਕੋਈ ਆਪਾਂ ਉੱਦਾਂ ਦਾ ਮਿਸਬਿਹੇਵ ਨਾ ਕਰੀਏ। ਕਿ ਪੰਜਾਬ ਦੇ ਵਿੱਚ ਪਹਿਲੀ ਇਸ ਤਰ੍ਹਾਂ ਦੀ ਵੀਡੀਓ ਹੈਗੀ ਜਿਹੜੀ ਇੱਕ ਲੇਡੀਜ਼ ਨੇ ਵੀਡੀਓ ਤਾਂ ਬਣਾਈ ਲੇਕਿਨ ਆਪਣੀ ਫੈਮਿਲੀ ਬਾਰੇ ਪੂਰਾ ਵੀਰਵਾ ਦਿੱਤਾ, ਔਰ ਕਿਸ ਤਰ੍ਹਾਂ ਆਪਣੇ ਹਸਬੈਂਡ ਨੂੰ ਸੁਧਾਰਿਆ, ਕਿਸ ਤਰ੍ਹਾਂ ਪੂਰੀ ਡਿਟੇਲ ਦਿੱਤੀ, ਔਰ ਅੱਜ ਇੰਨੇ ਸਟਰਗਲ ਤੋਂ ਬਾਅਦ ਮਤਲਬ ਕਿ ਤੁਸੀਂ ਆਪਣੀ ਪੂਰੀ ਜ਼ਿੰਦਗੀ ਦੱਸੀ ਕਿ ਕਿਸ ਤਰ੍ਹਾਂ ਮੈਰਿਜ ਹੋਈ ਸੀ, ਕਿਸ ਤਰ੍ਹਾਂ ਤੁਸੀਂ ਟੋਰਚਰ ਹੋਏ, ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਆਪ ਨੂੰ ਸੰਭਾਲਿਆ, ਪੂਰੀ ਅਸੀਂ ਤੁਹਾਡੀ ਲਾਈਫ ਨੂੰ ਬੜਾ ਦੇਖਿਆ ਹੈਗਾ, ਔਰ ਉਹਦੇ ਵਿੱਚੋਂ ਸਿੱਖ ਵੀ ਮਿਲਦੀ ਹੈ ਲੋਕਾਂ ਨੂੰ, ਬਹੁਤ ਸਿੱਖ ਮਿਲਦੀ ਹੈ। ਹੁਣ ਵੀ ਤੁਸੀਂ ਸਟੇਜ ਤੇ ਸੀਗੇ, ਸਟੇਜ ਤੇ ਤੁਸੀਂ ਇੱਕਦਮ ਭਾਵੁਕ ਹੋ ਗਏ, ਉਹ ਕਾਰਨ ਕੀ ਸੀਗਾ? ਉਹ ਬਸ ਜਦੋਂ ਮੈਂ ਮਤਲਬ ਦੇਖਿਆ ਨਾ ਸਾਰੇ, ਮਤਲਬ ਇੰਨਾ ਮੈਨੂੰ, ਮੈਂ ਪਹਿਲਾਂ ਥੋੜ੍ਹੀ ਦੇਰ ਪਹਿਲਾਂ ਵੀ ਮੈਨੂੰ ਕਿਸੇ ਨੇ ਪੁੱਛਿਆ ਮਤਲਬ ਵੀ ਤੁਸੀਂ ਕਿਉਂ ਇੱਦਾਂ ਮਤਲਬ ਗਾਈ ਸੀ, ਵੀਰੇ ਕਿਵੇਂ ਦਿਮਾਗ 'ਚ ਆਇਆ? ਉਹ ਮੇਰੇ ਭਰਾ ਦਾ ਮਤਲਬ ਮੇਰੇ ਦਿਮਾਗ 'ਚ ਆ ਗਿਆ ਸੀ। ਮੈਂ ਉੱਥੇ ਜਾ ਕੇ ਇਸ ਲਈ ਕਿਉਂਕਿ ਅੱਜ ਸ਼ਾਇਦ ਉਹ ਹੁੰਦਾ ਨਾ ਬੜਾ ਖੁਸ਼ ਹੋਣਾ ਸੀ, ਉਹਨੇ ਵੀ ਉਹਨੇ ਇੰਨਾ ਜ਼ਿਆਦਾ ਮੇਰੇ 'ਤੇ ਪ੍ਰਾਊਡ ਕਰਨਾ ਸੀ ਵੀ ਮੇਰੀ ਭੈਣ ਅੱਜ ਕਿੱਥੇ ਤੀਕ ਪਹੁੰਚ ਗਈ ਆ, ਉਹਨੇ ਬਹੁਤ ਖੁਸ਼ ਹੋਣਾ ਸੀਗਾ। ਪਰ ਉਹਦਾ ਸੁਪਨਾ ਪੂਰਾ ਹੋ ਗਿਆ ਜੋ ਮੇਰੇ ਭਰਾ ਨੇ ਸੋਚਿਆ ਸੀ ਵੀ ਮੈਂ ਆਪਦੀ ਭੈਣ ਦਾ ਘਰ ਖੁਦ ਬਣਾਊਂਗਾ, ਅਤੇ ਉਹ ਬਣਦਾ ਪਿਆ ਵਾ, ਵਧੀਆ ਬਣ ਗਿਆ ਮੇਰਾ ਘਰ, ਉਹਨੇ ਸੋਚਿਆ ਸੀ, ਉਹਦੇ ਸੁਪਨੇ ਸੀਗੇ। ਚਲੋ, ਸਾਡੇ ਵੱਲੋਂ ਇਹੀ ਸ਼ੁਭਕਾਮਨਾਵਾਂ ਨੇ, ਅੱਗੇ ਵੀ ਤੁਸੀਂ ਇਸ ਤਰ੍ਹਾਂ ਚੰਗੇ ਚੰਗੇ ਵੀਡੀਓ ਬਣਾਉਂਦੇ ਰਹੋ ਔਰ ਲੋਕਾਂ ਨੂੰ ਹਸਾਉਂਦੇ ਰਹੋ, ਕਿਉਂਕਿ ਤੁਹਾਡੀ ਵੀਡੀਓ ਜਿਹੜੀ ਹੁੰਦੀ ਵਿਦਆਊਟ ਸਕ੍ਰਿਪਟਡ ਹੁੰਦੀ, ਵਿਦਆਊਟ ਮਤਲਬ ਕਿ ਕੁਛ ਵੀ ਉਹਦੇ ਵਿੱਚ ਪਾਉਂਦੇ ਨਹੀਂ, ਨੈਚੁਰਲ ਬਣਾਉਂਦੇ ਔਰ ਨੈਚੁਰਲੀ ਰਹੋ, ਨੈਚੁਰਲ ਲੋਕ ਜ਼ਿਆਦਾ ਪਸੰਦ ਕਰਦੇ ਨੇ। ਅਤੇ ਲਾਈਵ ਤੇ ਚੈਨਲ ਦੇ ਵਿੱਚ ਇਹਨਾਂ ਦਾ ਇੰਟਰਵਿਊ ਕਰਨ ਦਾ ਮਕਸਦ ਇਹ ਸੀਗਾ ਵੀ ਦੇਖੋ ਹਰੇਕ ਚੀਜ਼ ਲੋਕ ਕਹਿੰਦੇ ਨੇ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਇਹ ਅੱਗੇ ਵਧੇ ਨੇ, ਲੇਕਿਨ ਅਗਲਾ ਸਟਰਗਲ ਕਰਦਾ ਉਹ ਸਟਰਗਲ ਨੂੰ ਕੋਈ ਨਹੀਂ ਦੇਖਦਾ ਹੈਗਾ, ਸਟਰਗਲ ਦੇ ਵਿੱਚ ਬਹੁਤ ਕੁਛ ਮਿਹਨਤ ਹੁੰਦੀ ਹੈਗੀ, ਔਰ ਇਹਨਾਂ ਦੇ ਜਿਹੜੇ ਵੀਡੀਓਜ਼ ਹੈਗੇ ਆ ਉਹ ਯੂਟਿਊਬ 'ਤੇ ਵੀ ਬਹੁਤ ਹਾਈਲਾਈਟਡ ਨੇ, ਇੰਸਟਾਗ੍ਰਾਮ 'ਤੇ ਵੀ, ਫੇਸਬੁੱਕ 'ਤੇ ਵੀ, ਅਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਐਪਰੀਸ਼ੀਏਸ਼ਨ ਕਰਨ ਵਾਸਤੇ ਹੀ ਇਸ ਤਰ੍ਹਾਂ ਦੇ ਜਿਹੜੇ ਫੰਕਸ਼ਨ ਹੁੰਦੇ ਨੇ, ਤੀਆਂ ਦਾ ਫੰਕਸ਼ਨ ਜਿਹੜਾ ਲੁਧਿਆਣੇ 'ਤੇ ਕਰਾਇਆ ਜਾ ਰਿਹਾ ਹੈਗਾ, ਦਰਸ਼ਨ ਪਰਮੇਸ਼ਰ ਜੀ ਵੱਲੋਂ ਤਾਂ ਗੋਲਡਨ ਹੱਟ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈਗਾ, ਇਹਦੇ ਵਿੱਚ ਇਹਨਾਂ ਨੂੰ ਸਨਮਾਨ ਵਾਸਤੇ ਸਪੈਸ਼ਲੀ ਬੁਲਾਇਆ ਗਿਆ ਹੈਗਾ, ਔਰ ਬਹੁਤ ਦੂਰੋਂ ਚੱਲ ਕੇ ਆਏ ਨੇ, ਤੁਹਾਡਾ ਅਸੀਂ ਸ਼ੁਕਰੀਆ ਕਰਦੇ ਹਾਂ ਵੀ ਤੁਸੀਂ ਸਪੈਸ਼ਲਿਸਟ ਆਏ ਹੋ ਔਰ ਨਹੀਂ ਸਾਨੂੰ ਤੁਸੀਂ ਮਿਲੇ, ਔਰ ਸਭ ਤੋਂ ਵੱਡੀ ਗੱਲ ਹੈ ਵੀ ਮੈਂ ਆਪਣੀ ਵਾਈਫ ਨਾਲ ਵੀ ਤੁਹਾਡੀ ਗੱਲ ਕਰਾਈ, ਉਹ ਵੀ ਤੁਹਾਡੇ ਬਹੁਤ ਵੱਡੇ ਫੈਨ ਨੇ, ਔਰ ਇਸ ਤਰ੍ਹਾਂ ਦੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਸਾਡਾ ਪੰਜਾਬੀਆਂ ਦਾ ਪਹਿਲਾ ਫਰਜ਼ ਹੈਗਾ, ਔਰ ਅਸੀਂ ਪੰਜਾਬੀ ਇਸ ਚੀਜ਼ ਨੂੰ ਬਖੂਬੀ ਨਿਭਾਉਂਦੇ ਵੀ ਹੈਗੇ, ਕਿਉਂਕਿ ਪੰਜਾਬੀ ਜਿਹੜੇ ਹੈ ਕਹਿੰਦੇ ਇਮੋਸ਼ਨਲੀ ਹੁੰਦੇ ਨੇ, ਔਰ ਇਮੋਸ਼ਨਲ ਜਿਹੜਾ ਤੁਸੀਂ ਅੱਜ ਸਟੇਜ 'ਤੇ ਵੀ ਹੋ ਗਏ ਸੀਗੇ, ਲਾਸਟ ਲਾਈਨ ਹੈਗੀ ਆ, ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਬਸ ਮੈਂ ਇਹੀ ਕਹੂੰਗੀ ਵੀਰੇ ਵੀ ਕਿਸੇ ਦਾ ਆਪਾਂ ਮਾਂ ਪਿਓ ਦਾ ਕਿਸੇ ਦਾ ਵੀ ਦਿਲ ਨਹੀਂ ਦਿਖਾਉਣਾ ਚਾਹੀਦਾ, ਅਤੇ ਕੋਈ ਮਤਲਬ ਮੈਂ ਇਹੀ ਕਹੂੰਗੀ ਆਪਣੇ ਪੰਜਾਬ ਨਸ਼ਿਆਂ 'ਚ ਬਹੁਤ ਜ਼ਿਆਦਾ ਪੈ ਰਿਹਾ, ਨਸ਼ੇ ਤੋਂ ਨਸ਼ਾ ਇੰਨਾ ਜ਼ਿਆਦਾ ਵੱਧ ਰਿਹਾ, ਆਪਣੇ ਛੋਟੇ ਛੋਟੇ ਬੱਚੇ ਹੈ ਨਾ ਕਿਵੇਂ ਨਸ਼ਾ ਕਰਕੇ ਉਹ ਮਾਵਾਂ ਦੇ ਪੁੱਤ ਮਰ ਰਹੇ ਆ, ਮੈਂ ਇਹੀ ਕਹਿੰਦੀ ਹਾਂ ਬਸ ਆਪਣਾ ਪੰਜਾਬ ਬਚਾ ਲਓ ਨਸ਼ਾ। ਬਹੁਤ ਵੱਡੀ ਗੱਲ ਇਹਨਾਂ ਨੇ ਕਹੀ ਹੈ ਕਿ ਪੰਜਾਬ ਬਚਾ ਲਓ, ਅਤੇ ਜਿਹੜਾ ਤੁਹਾਡਾ ਇੱਕ ਕਹਿੰਦੇ ਨੇ ਕਿ ਵਰਡ ਜਿਹੜਾ ਹੈਗਾ ਬੜਾ ਫੇਮਸ ਹੈਗਾ, ਲਾਸਟ ਤੁਸੀਂ ਉਹੀ ਵਰਡ ਦੇ ਨਾਲ ਐਂਡਿੰਗ ਕਰੋ। ਅਤੇ ਬਸ ਇਹੀ ਕਹੂੰਗੀ ਗਾਈਸ ਵੀਰੇ, ਮੈਨੂੰ ਇੱਦਾਂ ਹੀ ਆਪਣਾ ਤੁਸੀਂ ਮੇਰੇ ਸਿਰ 'ਤੇ ਆਪਣਾ ਹੱਥ ਰੱਖਿਓ, ਤੁਸੀਂ ਇੰਨਾ ਹੀ ਸਪੋਰਟ ਨਾਲ, ਤੁਹਾਡੇ ਕਰਕੇ ਮੈਂ ਅੱਜ ਇੱਥੇ ਤੀਕ ਆਈ ਹਾਂ, ਪਬਲਿਕ ਨਹੀਂ ਮੈਨੂੰ ਇੱਥੇ ਤੀਕ ਲਿਆਉਂਦਾ, ਮੈਂ ਤੁਹਾਡਾ ਸਾਰਿਆਂ ਦਾ ਮੈਂ ਸਨਮਾਨ ਕਰਦੀ ਹਾਂ, ਤੁਹਾਨੂੰ ਮੈਂ ਰਿਸਪੈਕਟ ਦਿੰਦੀ ਹਾਂ, ਲਵ ਯੂ ਸਾਰਿਆਂ ਨੂੰ ਵੀਰੇ। ਗਾਈਸ ਵੀਰੇ ਤੁਸੀਂ ਇੰਨਾ ਜ਼ਿਆਦਾ ਮੈਨੂੰ ਸਪੋਰਟ ਕੀਤਾ, ਅੱਜ ਮੈਂ ਕਿੱਥੋਂ ਤੋਂ ਕਿੱਥੇ ਪਹੁੰਚ ਗਈ, ਅਤੇ ਅੱਜ ਇਸ ਮੈਂ ਜਗ੍ਹਾ 'ਤੇ ਵੀਰੇ ਮੇਰੇ ਇੰਟਰਵਿਊ ਲੈ ਰਹੇ, ਮੈਂ ਖੜੀ ਹਾਂ ਸਿਰਫ ਤੁਹਾਡੇ ਸਾਰਿਆਂ ਕਰਕੇ, ਅਤੇ ਲਵ ਯੂ ਸਾਰਿਆਂ ਨੂੰ, ਥੈਂਕ ਯੂ ਸੋ ਮੱਚ। ਸੋ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ, ਅਸੀਂ ਇਸ ਤਰ੍ਹਾਂ ਦੀ ਸ਼ਖਸੀਅਤ ਦੇ ਨਾਲ ਤੁਹਾਨੂੰ ਫਿਰ ਰੂਬਰੂ ਕਰਾਵਾਂਗੇ। ਲਾਈਵ ਤੇ ਚੈਨਲ ਸਾਡਾ ਮਕਸਦ ਇਹੀ ਰਹਿੰਦਾ ਹੈਗਾ ਟੈਲੈਂਟ ਨੂੰ ਅੱਗੇ ਲੈ ਕੇ ਆਉਣਾ।